ਹੈਪੀ ਮਦਰ ਡੇ। ਥੈਂਕ ਯੂ। ਬਸ ਕੇਕ ਕੱਟਦੇ ਅਸੀਂ ਵਿੱਚੇ ਹੀ ਇੰਦਰ ਨੂੰ ਫੋਨ ਲਾ ਲੈਣਾ। ਆ ਜਾਓ ਪਹਿਲਾਂ ਕੇਕ ਕੂਕ ਕੱਟ ਲਈਏ। ਇੰਦਰ ਨੇ ਭੇਜਿਆ ਸਪੈਸ਼ਲ, ਕਹਿੰਦਾ ਬੇਬੇ ਨੂੰ ਸਰਪ੍ਰਾਈਜ਼ ਦੇਣਾ। ਅੱਜ ਹੈਗਾ ਹੈਪੀ ਮਦਰ ਡੇ। ਮਾਤਾ ਤਿਆਰ ਹੋ ਕੇ ਬੈਠੀ ਆ। ਮੈਂ ਵੀ ਤਿਆਰ ਹੀ ਆ। ਅੱਗ ਪੁੱਗ ਨਾਲ ਦੀ ਬੰਨੋ। ਉਹ ਨਹੀਂ ਨਹੀਂ ਉਹ ਕੋਈ ਗੱਲ ਨਹੀਂ, ਤੂੰ ਬਹਿ ਜਾ ਬਰਾ। ਸਾਰੀਆਂ ਮੇਰੀਆਂ ਮਾਤਾਵਾਂ ਨੂੰ ਤੇ ਮੇਰੀ ਬੇਬੇ ਨੂੰ ਮੇਰੇ ਬੰਨਿਓ ਹੈਪੀ ਮਦਰ ਡੇ। ਤੇ ਅੱਜ ਅਸੀਂ ਆਏ ਸੀਗੇ ਬੈਂਬਲੇ ਘੁੰਮਣ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਮਦਰ ਡੇ ਆ, ਮੇਰੇ ਬੰਨਿਓ ਸਾਰੀਆਂ ਮੇਰੀਆਂ ਮਾਤਾਵਾਂ ਨੂੰ ਹੈਪੀ ਮਦਰ ਡੇ ਤੇ ਮੇਰੀ ਬੇਬੇ ਨੂੰ ਵੀ ਹੈਪੀ ਮਦਰ ਡੇ। ਮੇਰਾ ਵੀ ਬਹੁਤ ਜੀ ਕਰਦਾ ਸੀਗਾ ਵੀ ਮੈਂ ਬੇਬੇ ਹੁਣ ਤੇਰੇ ਕੋਲ ਹੁੰਦਾ ਆ ਟਾਈਮ, ਆਪਾਂ ਇਕੱਠੇ ਕਿੰਨੀ ਖੁਸ਼ੀ ਮਨਾਉਣੀ ਸੀ, ਹੈ ਨਾ। ਵੈਸੇ ਕਹਿੰਦੇ ਹੁੰਦੇ ਆ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦਿਨ ਆ ਉਹ ਮਾਂ ਪਿਓ ਤੋਂ ਬਿਨਾਂ ਅਧੂਰਾ ਹੁੰਦਾ। ਸੋ ਸਾਰੇ ਦਿਨ ਜਿਹੜੇ ਹੁੰਦੇ ਆ ਇਹ ਮਾਂ ਪਿਓ ਦੇ ਦਿਨ ਹੀ ਹੁੰਦੇ ਆ, ਕਿਉਂਕਿ ਉਹਨਾਂ ਦਾ ਆਪਾਂ ਦੇਣ ਦੇ ਹੀ ਨਹੀਂ ਸਕਦੇ। ਸਾਰੀ ਜ਼ਿੰਦਗੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਨੇ ਆਪਾਂ ਨੂੰ ਇਹ ਦੁਨੀਆ ਦਿਖਾਤੀ, ਇਹ ਸੰਸਾਰ ਦਿਖਾਤਾ। ਨਾ ਆਪਾਂ ਆਪਣੇ ਮਾਂ ਪਿਓ ਦਾ ਕਦੇ ਕਰਜ਼ਾ ਦੇ ਸਕਦੇ ਹਾਂ, ਕਿਉਂਕਿ ਇੱਕ ਪਿਓ ਦੀ ਦਾੜੀ ਕਾਲੀ ਤੋਂ ਚਿੱਟੀ ਹੋ ਜਾਂਦੀ ਆ, ਉਹਦੇ ਪੈਰਾਂ ਦੇ ਜਿਹੜੇ ਬੂਟ ਘਸ ਜਾਂਦੇ ਆ। ਆਪਦੇ ਪੁੱਤ ਨੂੰ ਸੌਖਾ ਕਰਨ ਵਿੱਚ, ਉਹਦੀ ਜਿਹੜੀ ਜ਼ਿੰਦਗੀ ਆ ਉਹ ਵਧੀਆ ਬਣਾਉਣ ਦੇ ਵਿੱਚ, ਸਾਰਿਆਂ ਨੂੰ ਆਪਾਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ। ਵੱਡੀ ਗੱਲ ਆ ਵੀ ਕਈ ਜਿਹੜੇ ਪੁੱਤ ਹੁੰਦੇ ਆ ਉਹ ਕਪੁੱਤ ਵੀ ਹੋ ਜਾਂਦੇ ਆ। ਪਿਛਲੇ ਕਿ ਦਿਨੀ ਮੈਂ ਮਨੁੱਖਤਾ ਦੀ ਸੇਵਾ ਵਾਲੇ ਬਈ ਮਿੰਟੂ ਹੁਣਾਂ ਦੀ ਮੈਂ ਵੀਡੀਓ ਦੇਖ ਰਿਹਾ ਸੀ ਇੱਕ, ਅਤੇ ਬਾਪੂ ਸੀਗੇ ਇੱਕ, ਸ਼ਾਇਦ ਬਲਕੌਰ ਸਿੰਘ ਸੀ ਉਹਨਾਂ ਦਾ। ਉਹਨਾਂ ਦੇ ਤਿੰਨ ਪੁੱਤ ਆ ਅਤੇ ਇੱਕ ਸ਼ਾਇਦ ਪੰਜਾਬ ਪੁਲਿਸ ਦੇ ਵਿੱਚ ਆ ਅਤੇ ਦੋ ਕੋਈ ਹੋਰ ਯਾਨੀ ਕਿ ਜੋਬ ਵਧੀਆ ਜੋਬਾਂ 'ਤੇ ਆ। ਯਾਨੀ ਕਿ ਜਿਹੜਾ ਬਾਪੂ ਆ ਪੂਰਾ ਮਰਨ ਕਿਨਾਰੇ ਪਿਆ ਵਾ, ਜਿਵੇਂ ਇੱਕ ਪਿਓ ਦੀ ਆਖਰੀ ਇੱਛਾ ਹੁੰਦੀ ਹੈ ਨਾ ਵੀ ਮੈਂ ਆਪਦੀ ਔਲਾਦ ਨੂੰ ਦੇਖਾਂ ਅਤੇ ਉਹਨਾਂ ਨਾਲ ਗੱਲ ਕਰਾਂ। ਅਤੇ ਉਹ ਬਈ ਮਿੰਟੂ ਫਿਰ ਫੋਨ ਵੀ ਕਰਦਾ ਪਰ ਉਹ ਸਰੀਆਂ ਵੀ ਫੋਨ ਕੱਟ ਦਿੰਦੇ ਆ, ਉਹ ਕਹਿੰਦੇ ਆ ਵੀ ਉਹ ਦੂਜੇ ਭਾਈ ਕੋਲ ਮੇਰੇ ਕੋਲ ਰਿਹਾ। ਇਹ ਜ਼ਰੂਰੀ ਨਹੀਂ, ਜਿਹੜਾ ਟਾਈਮ ਹੈ ਸਾਰਿਆਂ 'ਤੇ ਆਉਣਾ, ਸਾਰਿਆਂ ਨੇ ਜਵਾਨ ਨਹੀਂ ਰਹਿਣਾ, ਸਾਰਿਆਂ 'ਤੇ ਜਵਾਨੀ ਸਦਾ ਨਹੀਂ ਰਹਿਣੀ, ਇਹ ਟਾਈਮ ਆਪਣੇ 'ਤੇ ਵੀ ਆਉਣਾ। ਸੋ ਆਪਣੇ ਮਾਤਾ ਪਿਤਾ ਦਾ ਖਿਆਲ ਰੱਖਿਆ ਕਰੋ, ਕਿਉਂਕਿ ਉਹਨਾਂ ਦਾ ਆਪਾਂ ਦੇਣ ਸਾਰੀ ਉਮਰ ਨਹੀਂ ਦੇ ਸਕਦੇ, ਜਿਨ੍ਹਾਂ ਨੇ ਆਪਾਂ ਨੂੰ ਇਹ ਦੁਨੀਆ ਦਿਖਾਈ ਹੈ। ਸੋ ਅੱਜ ਮਦਰ ਡੇ ਹੈ ਅਤੇ ਸਾਰੀਆਂ ਮਾਤਾਵਾਂ ਨੂੰ ਅਤੇ ਮੇਰੀ ਬੇਬੇ ਨੂੰ ਮੇਰੇ ਬੰਨਿਓ ਹੈਪੀ ਮਦਰ ਡੇ। ਅਤੇ ਆਪਾਂ ਤਾਂ ਚਲੋ ਮਜਬੂਰੀਆਂ ਹੋ ਜਾਂਦੀਆਂ ਬੰਦੇ ਦੀਆਂ, ਹੈ ਨਾ, ਤਾਂ ਘਰ ਛੱਡਣੇ ਪੈ ਜਾਂਦੇ ਆ। ਕਿਹਦਾ ਜੀ ਕਰਦਾ ਹੁੰਦਾ ਆਪਦਾ ਪਿੰਡ ਛੱਡਣ ਨੂੰ, ਆਪਦਾ ਪੰਜਾਬ ਛੱਡਣ ਨੂੰ, ਆਪਦੇ ਘਰ ਦੇ ਛੱਡਣ ਨੂੰ। ਚਲੋ ਕੋਈ ਨਾ, ਵਾਪਸ ਪਰਤਾਂਗੇ, ਇੱਥੇ ਵੀ ਨਹੀਂ ਸਦਾ ਰਹਿਣਾ। ਆਪਾਂ ਤਾਂ ਹੁਣ ਜਾਣੀ ਕਿ ਹੈ ਨਹੀਂ ਸੀਗੇ ਪਿੰਡ, ਅਤੇ ਆਪਣੇ ਨਾਲ ਦੇ ਯਾਰ ਦੋਸਤ ਤਰਸੇਮ ਰੇਸ਼ਮ ਅਤੇ ਰਮਨ ਹੋਣਾ ਨੇ, ਉਹਨਾਂ ਨੂੰ ਮੈਂ ਫੋਨ ਕਰਤਾ ਸੀਗਾ ਵੀ ਬੇਬੇ ਨੂੰ ਸਰਪ੍ਰਾਈਜ਼ ਦਿਓ ਅੱਜ, ਕੇਕ ਕੱਟਣਗੇ ਅਤੇ ਦਿਖਾਵਾਂਗੇ। ਜੁੜੇ ਰਹੋ ਸਾਡੇ ਬਲੌਗ ਨਾਲ। ਫਿਰ ਤੋਂ ਸਾਰੀਆਂ ਮੇਰੀਆਂ ਮਾਤਾਵਾਂ ਨੂੰ ਅਤੇ ਮੇਰੀ ਬੇਬੇ ਨੂੰ ਮੇਰੇ ਬੰਨਿਓ ਹੈਪੀ ਮਦਰ ਡੇ। ਅਤੇ ਜਿਉਂਦੀ ਵੱਸਦੀ ਰਹਿ ਸਦਾ ਹੀ, ਮੈਨੂੰ ਸਾਰੀਆਂ ਮੇਰੀਆਂ ਮਾਤਾਵਾਂ ਅਤੇ ਮੇਰੀ ਬੇਬੇ ਤੁਸੀਂ ਬਹੁਤ ਦੁਆਵਾਂ ਦਿੰਦੇ ਹੋ, ਬਹੁਤ ਦੁਆਵਾਂ ਦਿੰਦੇ ਹੋ, ਅਤੇ ਜਿਉਂਦੇ ਵੱਸਦੇ ਰਹੋ, ਮੇਰੀ ਵੀ ਉਮਰ ਰੱਬ ਤੁਹਾਨੂੰ ਲਾ ਦੇ। ਸੋ ਅੱਜ ਫਿਰ ਦਿਖਾਉਂਦੇ ਹਾਂ ਅੱਜ ਕੀ ਮਾਹੌਲ ਆ ਪਿੰਡ ਦਾ।
ਮਾਤਾ ਤਿਆਰ ਹੋ ਕੇ ਬੈਠੀ ਆ, ਮੈਂ ਵੀ ਤਿਆਰ ਹੀ ਆ, ਅੱਗ ਪੁੱਗ ਨਾਲ ਦੀ ਬੰਨੋ, ਨਹੀਂ ਕੋਈ ਗੱਲ ਨੀ, ਤੂੰ ਬਹਿਣਾ ਚਾ ਬਣਾ ਲਿਆ ਕਰੋ ਅੱਜ, ਬਸ ਕੋਈ ਗੱਲ ਚਾਹੀਦੀ ਆ ਕੱਟਦੇ ਸੀ ਵਿੱਚ ਹੀ ਇੰਦਰ ਨੂੰ ਫੋਨ ਲਾ ਲੈਣਾ। ਕਹਿ ਦੋ ਇੰਦਰ ਨੂੰ ਲਾਏ ਦੀ ਮੇਰਾ ਬਲੌਗ ਚ ਵੀਡੀਓ ਆਉਣੀ ਚਾਹੀਦੀ ਹੈ, ਬੋਲ ਕੇ ਕਹੋ ਫੇਰ ਆਊਗੀ। ਸਹੀ ਗੱਲ ਆ, ਤੁਹਾਨੂੰ ਤਾਂ ਦੱਸਣਾ ਚਾਹੀਦਾ ਹੀ ਸੀਗਾ। ਸਾਨੂੰ ਤਾਂ ਅਸੀਂ ਹੁਣੇ ਹੀ ਗਏ ਆ, ਉਹ ਕਹਿੰਦਾ ਜਾ ਵੜਿਓ, ਮੈਂ ਤਾਂ ਆਪ ਗਿਆ ਹੋਇਆ ਸੀ ਲਾਮ ਨੂੰ। ਸੁੱਤਾ ਪਿਆ ਸੀ ਉਦੋਂ ਫੋਨ ਆਏ ਹੋਏ ਸੀਗੇ, ਕਹਿੰਦਾ ਜਾ, ਮੈਂ ਕਿਹਾ ਕੋਈ ਨੀ ਮੈਂ ਜਾ ਗਿਆ। ਉਦੋਂ ਹੁਣ ਕਣੀਆਂ ਨੀ ਆ ਗਈਆਂ, ਕਣੀਆਂ ਚ ਹੀ ਗਾਇਆ ਸੀ ਲੰਮੀ ਸੋਚਦਾ ਵਿਆਹ ਘਰ ਵਾਲੀ ਵਾਸਤੇ ਲੈ ਜਾ ਯਾਰ, ਐਵੇਂ ਥੋੜੋ ਖਾਂਦਾ ਸੀਗਾ ਵੀ ਮੈਂ ਖਾ ਲਿਆ ਇੱਥੇ ਜਾ ਇਹਨੂੰ, ਆਇਆ ਵੀ ਜੇ ਮੈਂ ਇੱਥੇ ਖਾ ਲਿਆ ਮੇਰੇ ਡਾਂਗ ਮਰੂ ਘਰੇ ਗਏ, ਡਰ ਤਾਂ ਚੰਗਾ ਹੀ ਹੁੰਦਾ ਫਿਰ ਵੀ ਪੀਜ਼ਾ ਪਾਰਟੀ। ਪੀਜ਼ਾ ਪਾਰਟੀ।
ਪੀਜ਼ਾ ਪੀਜ਼ਾ ਪਾਤੀ ਤਾਰੇ। ਤੇ ਅੱਜ ਅਸੀਂ ਆਏ ਸੀਗੇ ਬੈਂਬਲੇ ਘੁੰਮਣ। ਦੇਖੇ ਅੱਜ ਕੁੜੀਆਂ ਦਾ ਫੁੱਟਬਾਲ ਦਾ ਫਾਈਨਲ ਮੈਚ ਆ ਤੇ ਕੱਟ ਤੁਸੀਂ ਦੇਖੋ। ਮੈਂ ਕਹਿੰਦਾ ਗਾਹ ਪਿਆ ਪਿਆ, ਜਿਵੇਂ ਆਪਣੇ IPL ਦੇ ਮੈਚ ਚੱਲਦੇ ਆ ਨਾ ਇੱਧਰ ਐਂ ਫਿਰਦੇ ਆ ਗੋਰੇ ਪੂਰੇ ਗੋਰੀਆਂ ਤੇ। ਆਹ ਸਟੇਡੀਅਮ ਆ ਬੈਂਬਲੇ ਵਾਲਾ, ਬਹੁਤ ਮਸ਼ਹੂਰ ਸਟੇਡੀਅਮ ਆ, ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ, ਇਹਦੇ ਬਾਰੇ ਸਾਰਿਆਂ ਨੂੰ ਪਤਾ ਹੀ ਆ। ਤੇ ਅੱਜ ਇੱਥੇ ਹੈਗਾ ਫੁੱਟਬਾਲ ਦਾ ਮੈਚ, ਅਸੀਂ ਕਰਨਾ ਸੀ ਥੋੜ੍ਹੀ ਜਿਹੀ ਇੱਥੇ ਸ਼ੋਪਿੰਗ। ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਅੱਜ ਮੈਚ ਆ, ਅਸੀਂ ਪਹਿਲਾਂ ਤਾਂ ਟ੍ਰੈਫਿਕ 'ਚ ਫਸਦੇ ਰਹੇ ਵਾਹਵਾ ਟਾਈਮ, ਕੀੜੇ ਵਾਂਗੂ ਫਿਰਦੇ ਆ ਲੋਕ। ਤਾਰੇ ਆ ਜਾ ਕਰ, ਆ ਜਾ ਹੁਣ, ਇੱਥੇ ਗੁੰਮ ਜਾਵਾਂਗੇ ਆਪਾਂ। ਭੈਣੇ ਦੇ ਵੀ ਕੰਮ ਪੁੱਠੇ ਆ, ਜਿੱਥੇ ਜਾਂਦੀ ਆ ਬਸ ਪਹਿਲਾਂ ਪਰਸਾਂ ਨੂੰ ਜਾ ਡਿੱਗਦੀ ਆ, ਇੰਨੇ ਪਰਸਾਂ ਨਾਲ ਮੈਂ ਕਹਿੰਦਾ ਪੁੱਛੋ ਹੀ ਨਾ। ਇਹ ਆ ਇੱਥੋਂ ਦਾ ਵਿਚਾਲਾ ਜਿਹਾ ਬੈਂਬਲੇ, ਜਦੋਂ ਵੀ ਕੋਈ ਪੰਜਾਬੀ ਵੱਡਾ ਸਿੰਗਰ ਲੱਗਦਾ ਬੈਂਬਲੇ ਲੱਗਦਾ। ਕੀ ਖਾਣਾ, ਉਹ ਖਾਣਾ ਕੀ ਆ ਯਾਰ, ਹੈ ਰੋਟੀ, ਟਮਾਟੋ ਚੀਜ਼ ਖਾਣਾ, ਕਿਹੜਾ ਖਾਣਾ, ਰੋਟੀ ਪਾਣੀ ਖਾ ਕੇ ਹੁਣ ਅਸੀਂ ਚੱਲੇ ਗੱਡੀ ਕੰਨੀ ਨੂੰ। ਭੈਣੇ ਫੇਰ ਕਲਰਕ ਵਾਲਿਆਂ ਦੇ ਜਾਵੜੀ ਤੇ ਬਾਈ ਹੁਣੀ ਅੱਕੇ ਖੜੇ ਨੇ ਪੂਰੇ। ਮੈਚ ਚੱਲਦਾ, ਆਵਾਜ਼ ਆਉਂਦੀ ਆ ਪੂਰੀ। ਪੂਰੀ ਆਵਾਜ਼ ਆਉਂਦੀ ਆ ਮੈਚ ਦੀ, ਵੱਡੀਆਂ ਵੱਡੀਆਂ ਬਿਲਡਿੰਗਾਂ। ਤੂੰ ਗਾਣਾ ਲਾ ਦੇ ਹੁਣ, ਗਾਣਾ ਲਾ ਦੇ, ਗਾਣਾ ਲਾ ਹੁਣ।